ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਬੜੀ ਚਾਹਤ ਦੇ ਨਾਲ ਵੇਖਦੇ ਨੇ ਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ ਤੇ ਨਾਲ ਜਨਾਬ ਸਬਸਕ੍ਰਾਈਬ ਵੀ ਕਰਦੇ ਨੇ। ਅੱਜ ਮੈਂ ਜਨਾਬ ਵੀਡੀਓ ਲੈ ਕੇ ਆਇਆ ਦੂਸਰੇ ਸੂਬੇ ਵਾਲੀ ਵੈੜ ਦੀ। ਇਹ ਜਨਾਬ ਦੂਸਰਾ ਸੂਬਾ ਸੂਈ ਹੈ, ਹੁਣ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਇਹ ਵੈੜ ਵਿਖਾਵੇਗਾ, ਉਸ ਤੋਂ ਬਾਅਦ ਗੱਲਾਂ ਬਾਤਾਂ ਸਾਰੀਆਂ ਮਾਲਕ ਨੇ ਮੈਨੂੰ ਜਨਾਬ ਦੱਸ ਦਿੱਤੀਆਂ ਨੇ। ਚੁਆਈ ਦਾ ਵੀ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਟਾਈਮ ਹੋਇਆ ਦੋਸਤੋ, ਆਪਾਂ ਇਸ ਤੋਂ ਬਾਅਦ ਇਹਦੀ ਚੁਆਈ ਦੀ ਵੀਡੀਓ ਅਪਲੋਡ ਹੋਏਗੀ। ਪਹਿਲੇ ਅਪਲੋਡ ਹੋਏਗੀ ਚੁਆਈ ਤੋਂ ਬਗੈਰ ਵੀਡੀਓ, ਫਿਰ ਜਨਾਬ ਚੁਆਈ ਦੀ ਵੀਡੀਓ ਅਪਲੋਡ ਹੋਏਗੀ। ਨੰਬਰ ਮੇਰਾ 0304-79-7076, ਇਹੋ ਹੀ ਮੇਰਾ ਵਟਸਐਪ ਦਾ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਇਹ ਜਨਾਬ ਦੂਸਰਾ ਸੂਬਾ ਸੂਈ ਹੈ, ਪਿੱਛੇ ਇਹਦੇ ਵੱਛੀ ਹੈ ਦੋਸਤੋ, ਇਹਨੂੰ 8 ਦਿਨ ਹੋ ਗਿਆ ਇਸ ਸੂਈ ਨੂੰ। ਇਸ ਤੋਂ ਬਾਅਦ ਜਨਾਬ ਤੁਹਾਨੂੰ ਇਹਦਾ ਵੱਛੀ ਵੀ ਵਿਖਾਵਾਂਗੇ, ਪਹਿਲੇ ਇੱਕ ਨਜ਼ਰ ਗਾਂ ਮਰਵਾ ਲਈਏ। ਇਹ ਜਨਾਬ ਗਾਏ ਮਾਸ਼ਾਅੱਲਾ, ਇਸ ਤੋਂ ਬਾਅਦ ਇਹਦੀ ਚੁਆਈ ਵੀ ਕਰਵਾਉਂਦੇ ਹਾਂ। ਅਗਰ ਕੋਈ ਦੋਸਤ ਮੰਗੇ ਸੁਬਾਹ ਦੀ ਚੁਆਈ ਤਾਂ ਮੈਂ ਸੁਬਾਹ ਦੀ ਚੁਆਈ ਵੀ ਕਰਵਾ ਕੇ ਉਹਨੂੰ ਦੇ ਸਕਣਾ, ਕੋਈ ਐਸੀ ਗੱਲ ਨਹੀਂ। ਅਤੇ ਗਾਂ ਜਨਾਬ ਮਾਲਕਾਂ ਦਾ ਕਹਿਣ ਹੈ, ਬਗੈਰ ਖਲ ਵੰਡੇ ਤੋਂ ਕੋਈ ਚੀਜ਼ ਨਹੀਂ ਪਾਈ, ਹਾਜ਼ਰ ਟਾਈਮ ਜਨਾਬ 15 ਲੀਟਰ ਦੁੱਧ, ਜਿਵੇਂ ਮਰਜ਼ੀ ਕੋਈ ਚੋਲ ਹੋਵੇ ਬੱਚੇ ਸਮੈਤ 15 ਲੀਟਰ ਦੁੱਧ, ਕੋਈ ਚੀਜ਼ ਨਹੀਂ ਪਾਈ। ਮੈਂ ਮਾਲਕਾਂ ਨੂੰ ਪੁੱਛਿਆ ਕਿ ਯਾਰ ਕੋਈ ਚੀਜ਼ ਤੁਸੀਂ ਕਿਉਂ ਨਹੀਂ ਪਾਈ, ਉਹਨਾਂ ਨੇ ਕਿਹਾ ਜੀ ਭਾਈ ਜੀ ਦੁੱਧ ਦਾ ਰੇਟ 30 ਰੁਪਏ ਅਤੇ ਵੰਡਾ ਵਾਰਾ ਨਹੀਂ ਖਾ ਰਿਹਾ, ਇਸ ਵਾਸਤੇ ਅਸੀਂ ਵੰਡਾ ਨਹੀਂ ਪਾ ਰਹੇ ਗਾਂ ਨੂੰ। ਇਹ ਰੌਲਾ ਡੰਡਾ ਵਾਇਰਸ ਦਾ, ਜੋ ਕਰੋਨਾ ਵਾਇਰਸ ਆਈ ਜਨਾਬ, ਇਹਦੀ ਵਜ੍ਹਾ ਤੋਂ ਦੋਸਤੋ ਹਰ ਚੀਜ਼ ਦਾ ਰੇਟ ਡਿੱਗਿਆ ਹੋਇਆ। ਮੇਰੇ ਭਾਈ ਕਰਮਾਂ ਵਾਲੀ ਕੈਮਰਾਮੈਨ ਸਾਹਿਬ ਇਹਦੇ ਬਹਾਨੇ ਦੀਆਂ ਤਸੱਲੀਆਂ ਕਰਵਾਓ, ਅਤੇ ਮੁੱਲ ਵੀ ਜਨਾਬ ਬੜਾ ਮਕੂਲ ਜਿਹਾ, ਆਪਾਂ ਇਸ ਮੁੱਲ ਦੇ ਵਿੱਚ ਜਨਾਬ ਪਿਆਰ ਮੁਹੱਬਤ ਵੀ ਕਰਵਾਵਾਂਗੇ। ਕੈਮਰਾਮੈਨ ਸਾਹਿਬ ਪਿੱਛੇ ਦਾ ਬਹਾਨਾ ਵਿਖਾਓ ਤਸੱਲੀ ਨਾਲ ਕਰਮਾਂ ਵਾਲੀ, ਮਾਲਕ ਦਾ ਨੰਬਰ ਵੀ ਦੇਵਾਂਗੇ ਜਨਾਬ। ਆ ਜਾ ਕਰਮਾਂ ਵਾਲੀ, ਆਓ ਖਾ ਪੁੱਛ, ਆ ਜਾ ਕਰਮਾਂ ਵਾਲੀ। ਕੈਮਰਾਮੈਨ ਸਾਹਿਬ ਇਹਦੀਆਂ ਤਸੱਲੀਆਂ ਕਰਾਓ ਬਹਾਨੇ ਦੀਆਂ, ਇਸ ਗਾਏ ਦੀਆਂ ਕਰਮਾਂ ਵਾਲੀ। ਇਹ ਡਰ ਰਹੀ ਹੈ ਜੀ, ਪਤਾ ਨਹੀਂ ਕੈਮਰੇ ਵਾਲੇ ਕਿੱਧਰ ਮੇਰੇ ਦਾਲੇ ਹੋ ਗਏ ਨੇ। ਕੈਮਰਾਮੈਨ ਸਾਹਿਬ ਇਸ ਵਹਿਰ ਦੀਆਂ ਕਰਾਓ ਥੱਲੀਆਂ ਥੱਲੀਆਂ, ਮਾਸ਼ਾਅੱਲਾ ਮੁੱਢ ਭਰ ਥਾਣ ਹੈ ਜਨਾਬ ਇਸ ਵਹਿਰ ਦਾ, ਗੇਟ ਗੇਟ ਦੀਆਂ ਬਿਰਲਾ ਨੇ, ਸੋਹਣਾ ਥਾਣੇ ਮਾਸ਼ਾਅੱਲਾ, ਬੜਾ ਮੋਟਾ ਮੋਟਾ ਚੁਆ ਹੈ, ਤੁਹਾਡੇ ਚੁਆ ਵੀ ਸਾਹਮਣੇ ਆ ਜਾਏਗਾ ਇਸ ਵਹਿਰ ਦਾ। ਸੋਹਣਾ ਜਨਾਬ ਥਾਣ ਲੱਗਿਆ ਇਸ ਵਹਿਰ ਨੂੰ, ਇਹ ਡਰ ਨਹੀਂ ਸਿਰਫ ਕੈਮਰੇ 'ਚ, ਹੋਰ ਕੋਈ ਮਸਲਾ ਨਹੀਂ। ਇਹ ਜਨਾਬ ਮਾਈਆਂ ਹੀ ਚਾਹੁੰਦੀਆਂ ਨੇ, ਉਹਨਾਂ ਦੇ ਘਰ ਦੀ ਵਹਿਰ ਹੈ, ਕੋਈ ਵਪਾਰ ਦੀ ਨਹੀਂ, ਕੋਈ ਮੁੱਲ ਨਹੀਂ ਲਿਆਂਦੀ, ਅਤੇ ਬੜਾ ਹੀ ਮਕੂਲ ਜਿਹਾ ਪਿਆਰ ਵਾਲਾ ਮੁੱਲ। ਮੈਂ ਕਿਹਾ ਯਾਰ ਵਾਇਰਸ ਵੁਰਸ ਹੈਗੀ, ਮੁੱਲ ਮਕੂਲ ਕਰਿਆ ਜੇ, 1,70,000 ਰੁਪਇਆ ਜਨਾਬ ਮੁੱਲ ਹੈ, ਇਹਦੇ ਵਿੱਚ ਪਿਆਰ ਮੁਹੱਬਤ ਵੀ ਆਪਾਂ ਪਵਾਵਾਂਗੇ। ਇਸ ਤੋਂ ਬਾਅਦ ਜਨਾਬ ਇਹਦੀ ਮੈਂ ਚੁਆਈ ਦੀ ਵੀ ਅਪਲੋਡ ਕਰਾਂਗਾ ਵੀਡੀਓ ਅੱਧੇ ਘੰਟੇ ਬਾਅਦ। ਕੈਮਰਾਮੈਨ ਸਾਹਿਬ ਦਾ ਬੱਚਾ ਵਿਖਾ ਦਿੱਤਾ ਜੀ, ਮਾਲਕ ਦਾ ਨੰਬਰ ਜਨਾਬ ਮੈਂ ਤੁਹਾਨੂੰ ਦਿੰਦਾ, 0301-41-38-276, 0301-41-38-276। ਇਹ ਜਨਾਬ ਮਾਲਕ ਦਾ ਵਟਸਐਪ ਨਹੀਂ ਹੈਗਾ, ਸਾਦਾ ਨੰਬਰ ਹੀ ਹੈ, ਤੁਸੀਂ ਇਹਦੇ 'ਤੇ ਵੀ ਰਾਬਤਾ ਕਰ ਸਕਦੇ ਹੋ ਮਾਲਕ ਨਾਲ। ਕੈਮਰਾਮੈਨ ਸਾਹਿਬ ਸੱਲੀ ਨਾਲ ਵਿਖਾਓ ਕਰਮਾਂ ਵਾਲੀ, ਠੀਕ
ਇਹ ਜਨਾਬ ਇਹਦੀ ਵੱਛੀ ਹੈ, 8 ਦਿਨ ਹੋ ਗਏ ਇਹਨੂੰ ਸੂਈ ਨੂੰ। ਵੱਛੀ ਵੀ ਕ੍ਰਾਸ ਦੇ ਵਿੱਚ ਹੈ ਮੇਰੇ ਭਾਈ, ਇਹ ਕ੍ਰਾਸ ਵੱਛੀ ਹੈ। ਇਹਦੇ ਪਿੱਛੇ ਦੂਸਰਾ ਸੂਆ ਹੈ, ਚੋਲਿਸਤਾਨੀ ਦੇ ਵਲੈਤੀ ਦੇ ਵਿੱਚ ਕ੍ਰਾਸ ਹੈ ਗਾਏ ਜਨਾਬ। ਮਾਸ਼ਾਅੱਲਾ ਇਹਦਾ ਚੁਆਈ ਵੀ ਤੁਹਾਨੂੰ ਵਿਖਾਉਂਦੇ ਹਾਂ ਜਨਾਬ। ਇਸ ਤੋਂ ਬਾਅਦ ਠੀਕ ਅੱਧੇ 1.5 ਘੰਟੇ ਬਾਅਦ ਜਨਾਬ ਚੁਆਈ ਦੀ ਵੀਡੀਓ ਅਪਲੋਡ ਕਰਾਂਗੇ। ਹੁਣ ਇਹ ਵੀਡੀਓ ਅਪਲੋਡ ਕਰਨੇ ਆ ਤਾਂ ਮੇਰੇ ਦੋਸਤ ਦੁੱਧ ਦਾ ਆਪ ਹੀ ਹਿਸਾਬ ਲਾ ਲੈਣਗੇ ਕਿੰਨਾ ਕਿੰਨਾ ਨਹੀਂ। ਬਗੈਰ ਖਲ ਵੰਡੇ ਤੋਂ ਜਨਾਬ 15 ਲੀਟਰ ਮਾਲਕ ਦੁੱਧ ਚੁਆਵਣਗੇ। ਅਤੇ ਵੰਡੇ ਮੈਂ ਕਿਹਾ ਸੀ ਵੰਡਾ ਕਿਉਂ ਨਹੀਂ ਪਾਉਂਦੇ, ਉਹਨੇ ਕਿਹਾ ਜੀ ਵਾਰਾ ਨਹੀਂ ਖਾਂਦਾ, 30 ਰੁਪਏ ਦੁੱਧ ਹੀ ਦੁੱਧ ਲੈ ਰਹੇ ਨੇ ਤਾਂ ਪਹਿਲਾਂ ਦੋਸਤੋ ਪੈਂਦਾ ਨਹੀਂ ਕਰਮ ਵਾਲੀ। ਮਾਲਕ ਦਾ ਨੰਬਰ ਜਨਾਬ ਇੱਕ ਵਾਰੀ ਮੈਂ ਫਿਰ ਬੋਲ ਦਿੰਦਾ, 0301-41-38-276। 1,70,000 ਰੁਪਈਆ ਦਾ ਮੁੱਲ ਹੈ। ਇਹਦੇ ਵਿੱਚੋਂ ਜਨਾਬ ਆਪਾਂ ਕਮੀ ਪੇਸ਼ੀ ਵੀ ਕਰਵਾਵਾਂਗੇ। ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।